ਹਾਂਜੀ ਸਫਰੀਕਾਲ ਜੀ ਫੈਰਾਂ ਨੂੰ ਕੀ ਹਾਲ ਚਾਲ ਨੇ ਮੈਂ ਤਰੋਂ ਠੀਕ ਠਾਕ ਹਾਂ ਬਈ ਜਾਨਵਰ ਫੱਟਾ ਸਾਰਿਆਂ ਦੇ ਤਾਂ ਬਈ ਇੱਧਰ ਦੇਖੋ ਆ ਫੀਲ ਮੇਰੇ ਪਿੱਛੇ ਪਿੱਛੇ ਆਈ ਜਾਂਦੇ ਆ ਮੁਰਗੇ ਦਾਣਾ ਪਾਉਣਾ ਇਹਨਾਂ ਨੂੰ ਤੇ ਬਈ ਇਹਨੇ ਆਪਾਂ ਲੱਕਿਆਂ ਦਾ ਗੇਟ ਵੀ ਖੋਲਦਿਏ ਛੋਟੂ ਗੈਂਗ ਵੀ ਖੋਲਦਿਏ ਫਿਰ ਸਾਰਿਆਂ ਨੂੰ ਇਕੱਠੇ ਨੂੰ ਦਾਣਾ ਪਾ ਦਾਂਗੇ ਤਾਂ ਚਲੋ ਬਈ ਪਹਿਲਾਂ ਆਪਾਂ ਇਹਨਾਂ ਨੂੰ ਖੋਲ ਦਿੰਨੇ ਆ ਇਹ ਆ ਜਾਣਗੇ ਬਾਹਰ ਆਜੋ ਬਈ ਫਿਰ ਤਾਂ ਬਾਬਿਓ ਆਪਣਾ ਇੱਕ ਫੈਂਟੇਲ ਮਰ ਗਿਆ ਬਈ ਹਨਾ ਇਹ ਵਿਚਾਰਾ ਕੱਲਾ ਰਹਿ ਗਿਆ ਇੱਕ ਤੇ ਇੱਧਰ ਆਪਾਂ ਛੋਟੂ ਗੈਂਗ ਦਾ ਵੀ ਗੇਟ ਖੋਲ ਦਿੰਨੇ ਆ ਇਹ ਵੀ ਆਜੂ ਬਾਹਰ ਚਲੋ ਬਈ ਵੈਰੀ ਗੁੱਡ ਵੈਰੀ ਗੁੱਡ ਹਾਂ ਭਾਈ ਤਿਆਰ ਹਾਂ ਫਿਰ ਆਜੋ ਆਓ 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 ਉਹ ਤੁਹਾਨੂੰ ਕੀ ਹੋ ਗਿਆ ਹੀਰ ਤੇ ਰਾਂਝਾ ਆਜੋ 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 ਖਾ ਲਓ ਆਓ 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 ਛੋਟੂ ਗੈਂਗ ਉਧਰ ਫਿਰਦੀ ਆ ਸਾਰੀ ਆ ਲੋ ਹੋਰ ਲੈ ਲਓ ਲੋ ਭਾਈ ਖਾਓ ਬਾਬਿਓ ਦਾਣਾ ਪਾਣੀ ਇਹਨਾਂ ਨੂੰ ਫਿੱਟਦਾ ਚਲੋ ਭਈ ਇਹਨਾਂ ਨੂੰ ਖਾਣ ਦਿਓ ਪੀਣ ਦਿਓ ਐਨੇ ਆਪਾਂ ਬੱਕਰੀਆਂ ਦੇ ਰੱਫੇ ਖੋਲ ਦੀਏ ਇਹ ਵੀ ਖੁੱਲੀਆਂ ਤੁਰ ਫਿਰ ਲੈਣਗੀਆਂ ਹਾਂ ਫਿਰ ਕਿਵੇਂ ਆਤਰੋ ਖੋਲੀਏ ਤੇਰਾ ਰੱਸਾ ਹੈ ਖੇਡेंगी ਆ ਜਾ ਫਿਰ ਆ ਜਾ ਇੱਧਰ ਉਹ ਮੜੀ ਜੀ ਖੋਲਣ ਦੇ ਮੈਨੂੰ ਲਓ ਜੀ ਆਤਰੋ ਦਾ ਰਸਾਪਾ ਖੋਲ ਲਿਆ ਚਲੋ ਇਹਦੇ ਗਲਚ ਲਵੇਟ ਦਿੰਨੇ ਆ ਆ ਜਾ ਫਿਰ ਖੜ ਜਾ ਖੜ ਜਾ ਖੜ ਜਾ ਖੜ ਜਾ ਖੜ ਜਾ ਭੱਜ ਜਾ ਲੋ ਬਈ ਹੁਣ ਇਹਨੂੰ ਖੋਲ ਦਈਏ ਆ ਬਾਲੀ ਚੰਟ ਆ ਗਈ ਹਨਾ ਚਾਤਰੋ ਟੱਕਰਾਂ ਵੀ ਮਾਰਦੀ ਹੁੰਦੀ ਹੈ ਨਾ ਤੂੰ ਬਾਲੀ ਖਰਾਬ ਆ ਹਨਾ ਨਾਲੇ ਛੋਟੀਆਂ ਫਿਰ ਵੀ ਜਾਦੇ ਖਰਾਬ ਆ ਉਹ ਇੰਨੀ ਭੋਲੀ ਆ ਵਿਚਾਰੀ ਆਤਰੋ ਤਾਂ ਹੀ ਤੇਰਾ ਨਾਮ ਮੈਨੂੰ ਲੱਗਦਾ ਚਾਤਰੋ ਪਿਆ ਆਪਦੇ ਆਪ ਲਓ ਜੀ ਆਤਰੋ ਤੇ ਚਾਤਰੋ ਦੋਨੇ ਖੋਲਤੀਆਂ ਬਈ ਇਹਨਾਂ ਨੂੰ ਘੁੰਮਣ ਦੋ ਫਿਰਨ ਦੋ ਖਾਣ ਦੋ ਪੀਣ ਦੋ ਇੱਥੇ ਇਧਰ ਬਾਬਿਓ ਚਾਤਰੋ ਦੇ ਕੰਮ ਦੇਖ ਲਓ ਕਿਵੇਂ ਫਸੀ ਹੈਗੀ ਇਹ 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 ਡਿੱਗेंगी 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 ਇਹ ਖਰਚਾ 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 ਮੈਂ ਕੱਢਦਾ ਕੱਢ ਉਹ ਕਢਾ ਲਿਆ ਓਏ ਤਾਂ ਹੀ ਤੈਨੂੰ ਚਾਤਰੋ ਕਹਨੇ ਆਸੀਂ ਚਲੋ ਆਜੋ ਬਈ ਮਿੱਤਰੋ ਹੁਣ ਮਾਸਟਰ ਖੁੱਡੇ ਦੇ ਅੰਦਰ ਚੱਲਦੇ ਆਪਾਂ ਲੈਨੇ ਆ ਖਬਰਸਾਰ ਤੇ ਦੇਖੀਏ ਬਈ ਕੋਈ ਖੁਸ਼ਖਬਰੀ ਆਈ ਨਵੀਂ ਬਾਕੀ ਬਾਬਿਓ ਕਬੂਤਰ ਸਾਰੇ ਆਪਣੇ ਠੀਕ ਠਾਕ ਨੇ ਬਸ ਦਾਣੇ ਦੀ ਵੇਟ ਕਰੀ ਜਾਂਦੇ ਨੇ ਆਜੋ ਬਈ ਫਿਰ ਰੱਖੀ ਇਹਨਾਂ ਨੂੰ ਦਾਣਾ ਪਾਣੀ ਇਹਨਾਂ ਦਾ ਪਾਈਏ ਟਰੇ 'ਚ ਚੱਕੋ ਬਈ ਮੇਤਰੋ ਦਾਣੇ ਪਾਤੇ ਟਰੇ 'ਚ ਆਜੋ ਬਈ ਕੁਛ ਕੋਦਰ ਡੁੱਲ ਗਏ ਸੀਗੇ 2000 ਮੇਰੇ ਤੋਂ ਇੱਧਰ ਰੱਖਤੀ ਮੈਂ ਟਰੇ ਆਜੋ ਬਈ ਫਿਰ ਸਾਰੇ ਆਜੋ ਆਇਓ ਇੱਕ ਰਹਿ ਗਿਆ ਲਾਲਜਾ ਬੱਚਾ ਬਾਕੀ ਤਾਂ ਸਾਰੇ ਆ ਗਏ ਾਂਡੇ ਵਾਲੀਆਂ ਕਬੂਤਰੀਆਂ ਇੱਕ ਰਹਿ ਗਈ ਉਹ ਬਾਕੀ ਆ ਗਏ ਸਾਰੇ ਬਾਕੀ ਬਾਬੇ ਉਹਨਾਂ ਨੂੰ ਦਾਣਾ ਪਾਣੀ ਖਾ ਲੈਣ ਦੋ ਅੱਧਾ ਕਿਨੇ ਖਾ ਲਿਆ ਅੱਧੇ ਘਰੇਗੇ ਸਾਰਿਆਂ ਨੂੰ ਖਵਾ ਕੇ ਫਿਰ ਟ੍ਰੇ ਮੈਂ ਨਾਲ ਹੀ ਲੈ ਕੇ ਜਾਉਂ ਚੱਕ ਕੇ ਤੇ ਬਾਕੀ ਹੋਰ ਦੇਖਦੇ ਆਂ ਬਾਬੇ ਹੁਣ ਕਿਹੜੀਆਂ ਕਬੂਤਰੀਆਂ ਅੰਡੇ ਧਰਨ ਵਾਲੀਆਂ ਨੇ ਆਪਣੀਆਂ ਇੱਕ ਤਾਂ ਬਈ ਉਧਰ ਵੜ ਗਈ ਕਾਲ ਫਰੀ ਦੀ ਜੋੜੀ ਉਹ ਲਾਲ ਕਬੂਤਰ ਨਾਲ ਉਹ ਅੰਡੇ ਧਰੂਗੀ ਬਈ ਹੁਣ ਤੇ ਦੂਜਾ ਆਹ ਰੱਤੇ ਵਾਲਾ ਭਾਈ ਹਨਾ ਇਹ ਤਾਂ ਰਾ ਦੂ ਅੰਡੇ ਤੇ ਤੀਜੀ ਆਪਣੀ ਆ ਰੱਤੀ ਕਬੂਤਰੀ ਹੁਣਾਂ ਤਿੰਨ ਕਬੂਤਰੀਆਂ ਦੀ ਵਾਰੀ ਆਂਡੇ ਧਰਨ ਦੀ ਬਾਕੀ ਬਈ ਰਹੀ ਜਿਹੜੀ ਅਗਲੀ ਗੇਬੇ ਦੀ ਆਪਾਂ ਅਗਲਾ ਗੇਬੇ ਕੱਢਾਂਗੇ ਜਦੋਂ ਆਪਣੇ 50000 ਸਬਸਕ੍ਰਾਈਬਰ ਪੂਰੇ ਹੋਗੇ ਹਨਾ ਤਾਂ 50000 ਸਬਸਕ੍ਰਾਈਬਰ ਤੇ ਆਪਾਂ ਨੈਕਸਟ ਗਿਵਏ ਕੱਢਾਂਗੇ ਉਹ ਗੇਬੇ ਆਪਾਂ ਐਸਲੋਟ ਨਹੀਂ ਕੱਢਦੇ ਜੋੜੀਆਂ ਨਹੀਂ ਕੱਢਦੇ ਉਹ ਗੇਬੇ ਆਪਾਂ ਪੈਸਿਆਂ ਦਾ ਕੱਢਾਂਗੇ ਤਾਂ ਕਿ ਬਈ ਜਿਹੜੇ ਬੰਦੇ ਹਨਾ ਸ਼ੌਕ ਪੂਰਾ ਕਰਨਾ ਚਾਹੁੰਦੇ ਨੇ ਤਾਂ ਬਈ ਉਹ ਬੰਦੇ ਭਾਵੇਂ ਆਪਦੀ ਜੋੜੀ ਲੈਣ ਜਾਂ ਫਿਰ ਕੋਈ ਬੰਦਾ ਹਨਾ ਸਮਾਨ ਲਵੇ ਆਪਾਂ ਇੱਕ ਕਮੈਂਟ ਦਾ ਹਨਾ ਆਪਾਂ ਪੈਸੇ ਰੱਖਾਂਗੇ ਉਹ ਪੈਸੇ ਹਲੇ ਆਪਾਂ ਫਲੈਕਟ ਕਰਨੇ ਨੇ ਵੀ ਕਿੰਨੇ ਰੱਖਣੇ ਨੇ ਪਰ ਬਈ ਆਪਾਂ ਤੁਸੀਂ ਇੱਕ ਕਮੈਂਟ ਕਰਿਓ ਤੇ ਬਈ ਹਨਾ ਤਿੰਨ ਵਿਨਰ ਕੱਢਾਂਗੇ ਤਾਂ ਤਿੰਨੇ ਇਨਾਮ ਅਲੱਗ-ਅਲੱਗ ਹੋਣਗੇ ਪਹਿਲਾ ਜਿਆਦਾ ਹੋਊ ਦੂਜਾ ਥੋੜਾ ਘੱਟ ਤੀਜਾ ਥੋੜਾ ਉਸ ਤੋਂ ਘੱਟ ਤਾਂ ਐ ਫਲੋਟ ਹੋਊਗਾ ਤਾਂ ਬਈ ਜਲਦੀ-ਜਲਦੀ ਪਿਆ ਯਾਰ ਸਬਸਕ੍ਰਾਈਬਰ ਪੂਰੇ ਕਰ ਦਿਓ ਆਪਣੇ ਫਿਰ ਆਊਗਾ ਤੁਹਾਡੇ ਵਾਸਤੇ ਨਵਾਂ ਯਾ ਗੇਬੇ ਕੈਂਟ ਯਾ ਪੂਰਾ ਇਧਰ ਆਹ ਰੰਗ ਲਿਆਂਦੇ ਨੇ ਜਿਹੜੇ ਬਈ ਜੱਜ ਨੇ ਰੰਗ ਲਾਏ ਹੋਏ ਆ ਕਬੂਤਰਾਂ ਦੇ ਉਹ ਰੰਗ ਲਿਆਂਦੇ ਨੇ ਆਪਾਂ ਤਾਂ ਬਈ ਆਹ ਰੰਗ ਹੈ ਇੱਕ ਤਾਂ ਕੋਬਰਾ ਰੰਗ ਵਜਦੇ ਨੇ ਇਹ ਇਹ ਹੈਗਾ ਹਰਾ ਰੰਗ ਆ ਇਹ ਤੇ ਆ ਗੁਲਾਬੀ ਆ ਤੇ ਆ ਇਹਦੇ ਅੰਦਰ ਹੋਰ ਰੰਗ ਆ ਇੱਕ ਤੇ ਮਨ ਲਾ ਗੁਲਾਬੀ ਦੇ ਵਿੱਚ ਆ ਰੰਗ ਪਾ ਕੇ ਆ ਲਾਲ ਰੰਗ ਬਣ ਜੂ ਤੇ ਆ ਹਰਾ ਬਣ ਜੂ ਤੇ ਇਹਨਾਂ ਤਿੰਨਾਂ ਨੂੰ ਜੇ ਕੁਝ ਕਰਕੇ ਮਿਕਸ ਕਰਕੇ ਕਾਲਾ ਰੰਗ ਵੀ ਬਣ ਜੂ ਤਾਂ ਤਿੰਨ ਚਾਰ ਰੰਗ ਬਣ ਜਾਣਗੇ ਇਹਨਾਂ ਦੇ ਵਿੱਚੋਂ ਤੇ ਇੱਕ ਇਧਰ ਬਈ ਆਹ ਲਿਆਂਦਾ ਹੈਗਾ ਸੇਬਾਂ ਦਾ ਅਰਕ ਇਹ ਕੁੰਡੇ ਦੇ ਵਿੱਚ ਪਾਉਣ ਨੂੰ ਲਿਆਂਦਾ ਹੈਗਾ ਪਾਣੀ ਵਾਲੇ ਦੇ ਮਨ ਲਾ 15 ਕਿ ਦਿਨਾਂ ਬਾਅਦ ਜਾਂ ਹਫਤੇ ਬਾਅਦ ਇੱਕ ਅਦਾ ਟੱਕਣ ਪਾ ਦੇ ਤਬਈ ਇਹ ਉਹ ਚੀਜ਼ ਆ ਕੁਜੀ ਦੇ ਵਿੱਚ ਨਾ ਦਵਾਈਆਂ ਪਾ ਦਈਏ ਬਹੁਤ ਦਿਨ ਹੋ ਗਏ ਹਨਾ ਉਦੋਂ ਦੀਆਂ ਦਿੱਤੀਆਂ ਹੋਈਆਂ ਨੇ ਇਹਨਾਂ ਨੂੰ ਜਦੋਂ ਵੈਕਸੀਨ ਲਾਈ ਸੀ ਇਹਨਾਂ ਦੇ ਉਸ ਤੋਂ ਬਾਅਦ ਆਪਾਂ ਕੈਲਸ਼ੀਅਮ ਪਾਤਾ ਫਿੱਕ ਵਾਰੀ ਤਾਂ ਅਜ ਆਪਾਂ ਜਿਹੜਾ ਬਣਾਇਆ ਹੋਇਆਗਾ ਆਪਣੇ ਕੋਲੇ ਕੈਲਸ਼ੀਅਮ ਹਨਾ ਉਸ ਤੋਂ ਵਟ ਤੇ ਇੱਕ ਬਰੂਟੋਨ ਆ ਦੋਨੇ ਮਿਕਸ ਕਰਕੇ ਦੇਵਾਂਗੇ ਤੇ ਨਾਲੇ ਆ ਦੇਵਾਂਗੇ ਆਪਾਂ ਆ ਪਿਆਸੇ ਬਾਂ ਦਾ ਅਰਕ ਆ ਵੀ ਪਾਵਾਂਗੇ ਵਿੱਚ ਬਰੂਟੋਨ ਆਪਾਂ ਕੈਨਸਲ ਕਰਤੀ ਅੱਜ ਫੇਬਾਂ ਦਾ ਅਰਕ ਤੇ ਉਹ ਦੂਜੀ ਆ ਪਾਵਾਂਗੇ ਬਸ ਜਿਹੜਾ ਡੱਬਾ ਬਈ ਇਹਦੇ ਵਿੱਚ ਬਿਮਰਲ ਮਿਕਸ ਕੀਤੀ ਹੋਈ ਆ ਤੇ ਚਲੋ ਉਹ ਤਾਂ ਪਾਤੀ ਆ ਪਾ ਦਿੰਨੇ ਹੁਣ ਫੇਬਾਂਦਾਰਕ ਨਾ ਬਈ ਜੁਗਨੂ ਉਹ ਜੁਗਨੂ ਆ ਗਿਆ ਲੱਡੂ ਪਰਾਂ ਚੱਲ ਲਓ ਜੀ ਆ ਆ ਗਿਆ ਬਈ ਫੇਬਾਂਦਾਰਕ ਠੀਕ ਆਦੇ ਉਸ ਇਹ ਹੁੰਦਾ ਕਬੂਤਰਾਂ ਦੀ ਹੈਲਥ ਹੌਲਥ ਵਧੀਆ ਰਹਿੰਦੀ ਹੈ ਜਮੈਂ ਫਈ ਇਹ ਉਹਨੇ ਦਿੱਤੇ ਗਰਪਾਲ ਨੇ ਐਡਵਾਈਸ ਕੀਤੀ ਸੀ ਇਹ ਪ੍ਰੇਫਰ ਕੀਤਾ ਸੀ ਕਿੰਨਾ ਹੋਣਾ ਇਹ ਇਹ ਪਾ ਦੇ ਢੱਕਣ ਪਾ ਦੇ ਇੱਕ ਹਾਂ ਇਹਦਾ ਕਹਿੰਦਾ ਭਾਵੇਂ ਹਫਤੇ ਬਾਅਦ ਪਾ ਦੇਗਾ ਨਾ ਕਬੂਤਰਾਂ ਚ ਬਿਮਾਰੀ ਨਹੀਂ ਆਉਂਦੀ ਹੈਗੀ ਉਹ ਸਹੀ ਇਹ ਹੈ ਲੋ ਬਈ ਦਵਾਈਆਂ ਤਾਂ ਪੈ ਗਈਆਂ ਇਧਰ ਬਈ ਆਪਣੇ ਫਰੋਜਲ ਨੇ ਲਾਤਾ ੜਾ ਰੱਖੀ ਆ ਗੱਟੇ ਦੇ ਵਿੱਚ ਇਹ ਨਿਕਲ ਗਈ ਨਿਕਲ ਗਈ ਚੱਲ ਭੱਜ ਗਿਆ ਬਾਕੀ ਬਈ ਉਧਰ ਚੌਕ ਚੂਕ ਮਾਰਤਾ ਹਨਾ ਕੀੜੇ ਆ ਰਹੇ ਸੀ ਥੋੜੇ ਜੇ ਚੌਕ ਮਾਰਤਾ ਫਿੱਟ ਹੋ ਗਿਆ ਕੰਮ ਤੇ ਬਈ ਆਪਾਂ ਨੂੰ ਭੌਣ ਵੀ ਲੱਗ ਗਿਆ ਕੀੜਿਆਂ ਦਾ ਭੌਣ ਕਿੱਥੇ ਆ ਉਥੇ ਆਪਾਂ ਕੱਲ ਨੂੰ ਦਵਾਈ ਪਾਵਾਂਗੇ ਡੀ ਡੀ ਟੀ ਤਾਂ ਬਈ ਸਾਰਾ ਭੌਣ ਚੱਕਿਆ ਜਾਊਗਾ ਲੋ ਬਈ ਕਬੂਤਰਾਂ ਨੂੰ ਪਾਤਾ ਪਾਣੀ ਰੱਖਤਾ ਦਵਾਈ ਪਾ ਕੇ ਲੋ ਬਈ ਮਿੱਤਰੋ ਮਾਸਟਰ ਕੇਜ ਦੇ ਅੰਦਰ ਆਇਆ ਆਪਾਂ ਤੇ ਬਈ ਇੱਥੇ ਥੋੜੀਆਂ ਕੁਜੀਆਂ ਬਦਲਣੀਆਂ ਸੀ ਆ ਦੋ ਨਵੀਆਂ ਕੁਜੀਆਂ ਲਿਆਂਦੀਆਂ ਨੇ ਆ ਆਵਾਗੇ ਤੇ ਆ ਤਾਰ ਲਾਂਗੇ ਇਹਦੇ ਥਾਂ ਅੰਡਾ ਧਰ ਲਿਆ ਯਾਰ ਕਿੰਨੇ ਧਰਿਆ ਹੋਇਆ ਚਿੜੀਆਂ ਨਹੀਂ ਧਰਿਆ ਨਾ ਛੋਟੀਆਂ ਆ ਤੋਤਿਆਂ ਦਾ ਇਹ ਤੋਤਿਆਂ ਦਾ ਅੰਡਾ ਇਹ ਤਾਂ ਬਈ ਆ ਕੁਜੀਸ ਦਾ ਅੰਡਾ ਧਰ ਲਿਆ ਇਹਨੂੰ ਆਪਾਂ ਇੱਥੇ ਹੀ ਲਾ ਦਿੰਨੇ ਆ ਦੂਜੀ ਧਰ ਲੈਨੇ ਆ ਉਹ ਤਾਰ ਕੇ ਬਈ ਕਬੂਤਰਾਂ ਨੂੰ ਰੱਖਾਂਗੇ ਪਾਣੀ ਵਾਸਤੇ ਤੇ ਇੱਥੇ ਆ ਕੁਝੀਆਂ ਜਿਵੇਂ ਬੈਸਟ ਨੇ ਨਾ ਵਾਸਤੇ ਛੋਟੀਆਂ ਚਿੜੀਆਂ ਬਹੁਤ ਕੰਫਰਟੇਬਲ ਰਹਿਣਗੀਆਂ ਉਹਨਾਂ ਵਾਸਤੇ ਨੇ ਇਹ ਸਪੈਸ਼ਲ ਲੋ ਬਈ ਦੂਜੀ ਕੁਜੀ ਵੀ ਤਿਆਰ ਹੋ ਗਈ ਇਹਨੂੰ ਵੀ ਟੰਗਣ ਲੱਗਿਆ ਹੁਣ ਆਪਾਂ ਇਹ ਚੱਕੋ ਬਈ ਦੋਨੇ ਇੱਕ ਦੂਜੇ ਦੇ ਨਾਲ ਲੱਗੀਆਂ ਵਧੀਆ ਲੱਗਦੀਆਂ ਨੇ ਇੱਥੇ ਤੇ ਆ ਵੀ ਬਦਲ ਦਾਂਗੇ ਆਪਾਂ ਜਿੱਦੇ ਦਵਾਰੇ ਗਏ ਉਹੋ ਜਿਹੀਆਂ ਕੁਝੀਆਂ ਹੋਰ ਲੈ ਆਵਾਂਗੇ ਸਾਰੀਆਂ ਇੱਕੋ ਨਾਲ ਦੀਆਂ ਲਾਵਾਂਗੇ ਚਲੋ ਆਜੋ ਬਾਬਿਓ ਫਿਰ ਚੱਲਦੇ ਆ ਬਾਹਰ ਆਜੋ ਮਿੱਤਰੋ ਹੁਣ ਆਪਾਂ ਲੈ ਕੇ ਚੱਲਦੇ ਆਂ ਸਟੇਨ ਗਨ ਨੂੰ ਆਹ ਭਈਆ ਬਈ ਆਪਣੀ ਸਟੇਨ ਗਨ ਇਹਨੂੰ ਚਲਾਵਾਂਗੇ ਆਪਾਂ ਖੁੱਡੇ ਦੇ ਵਿੱਚ ਹੈਰੀ ਪੋਟਰ ਵਾਲਾ ਝਾੜੂ ਐ ਇਹ ਚੱਕੋ ਬਾਬਿਓ ਲੈ ਆਏ ਬਈ ਆਪਾਂ ਹੈਰੀ ਪੋਟਰ ਵਾਲੇ ਝਾੜੂ ਨੂੰ ਖੁੱਡੇ ਦੇ ਕੋਲੇ ਆਜੋ ਫਿਰ ਕਰੀਏ ਸਫਾਈ ਇਹਨਾਂ ਨੇ ਪਾਣੀ ਪੂਣੀ ਪੀ ਲਿਆ ਬਈ ਜਿਹੜਾ ਆਪਾਂ ਦਵਾਈ ਵਾਲਾ ਰੱਖਿਆ ਸੀ ਚਲੋ ਫਿਰ ਬਈ ਕਰੀਏ ਸ਼ੁਰੂ ਚਲੋ ਬਈ ਮਿੱਤਰੋ ਹੁਣ ਤੁਹਾਨੂੰ ਦਿਖਾਉਨੇ ਆਂ ਜਾਦੂ 3 2 1 ਦੇਖੋ ਬਈ ਫਿਰ ਐਣ ਬਣਾਤੀ ਬਈ ਗੱਲ ਖੁੰਝਾਂ ਖਾਂਜਾਂ ਚ ਜਮਾ ਫਿੱਟ ਕਰਤਾ ਵਧੀਆ ਸਫਾਈ ਹੋ ਗਈ ਬਈ ਸਾਰੇ ਕਿਤੇ ਹੁਣ ਆਪਾਂ ਰੱਖ ਦਿੰਨੇ ਆ ਪਾਣੀ ਜਿਹੜਾ ਦਵਾਈ ਵਾਲਾ ਹੈਗਾ ਆਪਣਾ ਤੇ ਦੇਖੋ ਬਈ ਚੰਗੀ ਤਰ੍ਹਾਂ ਸਫਾਈ ਹੋ ਗਈ ਬਈ ਆ ਖਾਨੇ ਖੁੰਨੇ ਵੀ ਸਾਫ ਕਰਤੇ ਜਮਾ ਗੱਲ ਬਣਾਤੀ ਸਾਰੀ ਕਲੀ ਨਿਕਲ ਗਈ ਬਈ ਜਿਹੜੀ ਵਿੱਚ ਪਾਈ ਸੀ ਆਪਾਂ ਆਜੋ ਬਈ ਮਿੱਤਰੋ ਹੁਣ ਆਪਾਂ ਰੰਗ ਬਣਾਉਣ ਲੱਗਿਆਂਗੇ ਆ ਦੋਨੇ ਰੰਗ ਲੈ ਚਲਦੇ ਆ ਆਜੋ ਫਿਰ ਆ ਰੰਗਾ ਨੂੰ ਆਪਾਂ ਰੱਖ ਦਿੰਨੇ ਆ ਇੱਥੇ ਤੇ ਆ ਖੋਲਦੇ ਆ ਬਈ ਇਹਦੇ ਵਿੱਚ ਨੇ ਬਈ ਥਿਨਰ ਵਾਲੀਆਂ ਸ਼ੀਸ਼ੀਆਂ ਤਿੰਨ ਇੱਕ ਦੋ ਨਾਲੇ ਤੁਹਾਨੂੰ ਦਿਖਾਵਾਂਗੇ ਬਈ ਕਿਵੇਂ ਬਣਿਆ ਰੰਗ ਕਿਵੇਂ ਚੜਿਆਗਾ ਆਹ ਰੰਗ ਮਿਕਸ ਕਰਕੇ ਤੇ ਤੁਹਾਨੂੰ ਦਿਖਾਉਣੇ ਆ ਬਈ ਕਿਵੇਂ ਮਿਕਸ ਕਰਕੇ ਕਿਹੜਾ ਰੰਗ ਬਣਦਾ ਆਜੋ ਫਿਰ ਰੰਗ ਤਿਆਰ ਕਰਾਂਗੇ ਆਪਾਂ ਦੋ ਇੱਕ ਬਈ ਕਰਾਂਗੇ ਸੰਤਰੀ ਤੇ ਇੱਕ ਰੰਗ ਹੋਰ ਤਿਆਰ ਕਰਾਂਗੇ ਆਜੋ ਫਿਰ ਕਰਦੇ ਆ ਪ੍ਰੋਫੈਸਰ ਸ਼ੁਰੂ ਤੇ ਇੱਧਰ ਬਈ ਆ ਥਿਨਰ ਦੀਆਂ ਬੋਤਲਾਂ ਪਈਆਂ ਨੇ ਤੇ ਇਧਰ ਬਈ ਖਾਲੀ ਗਲਾਸ ਪਿਆ ਖਾਲੀ ਗਲਾਸਾਂ ਦੇ ਵਿੱਚ ਬਣਾਵਾਂਗੇ ਤੇ ਆਜੋ ਫਿਰ ਕਰਦੇ ਆ ਸ਼ੁਰੂ ਆ ਜਿਹੜਾ ਖੁੱਲਾ ਰੰਗ ਪਿਆ ਆਪਣੇ ਕੋਲੇ ਇਹ ਸੰਤਰੀ ਰੰਗ ਆ ਦਿਖਾਈ ਆ ਮਨ ਥੋੜੇ ਖੋਲ ਕੇ ਆਹ ਦੇਖੋ ਬਈ ਆ ਸੰਤਰੀ ਰੰਗ ਆ ਤੇ ਬਈ ਆ گلابی ਰੰਗ ਪਿਆਗਾ ਤੇ ਬਈ ਵਿੱਚ ਮਿਕਸ ਕਰਕੇ ਬਣਾਵਾਂਗੇ ਆਜੋ ਫਿਰ ਪਹਿਲਾਂ ਆਪਾਂ ਸੰਤਰੀ ਬਣਾ ਲਈਏ ਲੋ ਬਈ ਬੱਸ ਬਾਦੂ ਆ ਇੰਨਾ ਕ ਰੰਗ ਪਾਉਣਾ ਬਈ ਤੇ ਇਹ ਰੰਗ ਵਾਜਦੇ ਨੇ ਬਾਈ ਚੰਗਿਆੜਾ ਰੰਗ ਵੱਜਦਾ ਇਹ। ਲੋ ਜੀ ਹੁਣ ਇਹਦੇ ਵਿੱਚ ਪਾਵਾਂਗੇ ਆਪਾਂ ਥਿਨਰ। ਥਿਨਰ ਪਾਉਣ ਤੋਂ ਬਾਅਦ ਇਹਨੂੰ ਕਰਾਂਗੇ ਮਿਕਸ। ਰੰਗ ਦੇਖਿਓ ਬਾਬੇ ਚੜਦਾ। ਥੰਗ ਤੇ ਟਰਾਈ ਕਰਕੇ ਦਿਖਾਵਾਂਗੇ ਤੁਹਾਨੂੰ ਕਿਵੇਂ ਲੱਗਦਾ ਹੈ ਰੰਗ। ਪਹਿਲਾਂ ਇਹਨੂੰ ਮਿਕਸ ਕਰ ਲਈਏ ਚੰਗੀ ਤਰ੍ਹਾਂ ਫਿਰ ਕਰਦੇ ਆਂ ਕੰਮ। ਲਓ ਬਈ ਮਿੱਤਰੋ ਫੰਗਾ ਪੱਲੇ ਆਏ ਆਜੋ ਫਿਰ ਕਰਦੇ ਆਂ ਚੈੱਕ ਲਓ ਜੀ ਦੇਖਦੇ ਆਂ ਕਿਵੇਂ ਬਣਿਆ ਹੁਣ ਇਹਨੂੰ ਸੁਕਾਵਾਂਗੇ ਬਈ ਲਓ ਬਈ ਇਹਨੂੰ ਹੁਣ ਬਈ ਧੁੱਪੇ ਫਕਾਉਨੇ ਆਪਾਂ ਫਿਰ ਦੇਖਦੇ ਆਂ ਫੁੱਕਣ ਤੋਂ ਬਾਅਦ ਕਿਵੇਂ ਲੱਗਦਾ ਚਲੋ ਬਈ ਆਹ ਫੰਗ ਨੂੰ ਆਪਾਂ ਇੱਥੇ ਰੱਖ ਦਿੰਨੇ ਆਂ ਓਰੇ ਸੁੱਕ ਜੂਆ ਹੁਣ ਫਿਰ ਦੇਖਦੇ ਆਂ ਆਜੋ ਬਈ ਫਿਰ ਕਰੀਏ ਚੈੱਕ ਸੁੱਕ ਗਿਆ ਹੋਊਗਾ ਇਹ ਸੁੱਕ ਗਿਆ ਹਾਂ ਲੋ ਬਈ ਫਿਰ ਦੇਖੋ ਮਿੱਤਰੋ ਕਿਵੇਂ ਬਣਿਆ ਸੰਤਰੀ ਰੰਗ ਕਰੋ ਚੈੱਕ ਤਾਂ ਬਈ ਬਹੁਤ ਬ੍ਰਾਈਟ ਕਲਰ ਬਣਿਆਗਾ ਤਾਂ ਬਈ ਜਦੋਂ ਲਾਵਾਂਗੇ ਆਪਾਂ ਕਬੂਤਰਾਂ ਦੇ ਬਹੁਤ ਜ਼ਿਆਦੇ ਸੋਹਣਾ ਲੱਗੂਗਾ ਤਾਂ ਬਈ ਬਹੁਤ ਜ਼ਿਆਦੇ ਬ੍ਰਾਈਟ ਆ ਦੇਖੋ ਦੂਰੀ ਚਮਕਿਆ ਕਰੂਗਾ ਪੂਰੀ ਦੂਰੋਂ ਦੇਖਿਆ ਕਰੂਗਾ ਤਾਂ ਬਈ ਬਹੁਤ ਵਧੀਆ ਬਣਿਆ ਰੰਗ ਆਪਾਂ ਅੱਧਾ ਜਾਂਚਾ ਪਾਇਆ ਸੀ ਥੋੜਾ ਜਿਹਾ ਥਿਨਰ ਪਾਇਆ ਸੀਗਾ ਤੇ ਬਈ ਜਿਨੇ ਜ਼ਿਆਦੇ ਬਣਾਉਣਾ ਰੰਗ ਜ਼ਿਆਦੇ ਪਾ ਲਿਓ ਥਿਨਰ ਜ਼ਿਆਦੇ ਪਾ ਲਿਓ ਤੇ ਜ਼ਿਆਦੇ ਬਣ ਜੂਗਾ ਪਰ ਬਣਿਆ ਘੈਂਟ ਆ ਬਈ ਆ ਸੀ ਆਪਣਾ ਔਰੇਂਜ ਕਲਰ ਚਲੋ ਬਈ ਮਿੱਤਰੋ ਹੁਣ ਆਪਾਂ ਰੈੱਡ ਕਲਰ ਬਣਾਉਣ ਲੱਗਿਆ ਲਾਲ ਰੰਗ ਬਣਾਵਾਂਗੇ ਲਾਲ ਰੰਗ ਬਈ ਬਣਾਵਾਂਗੇ ਦੋ ਰੰਗਾਂ ਨੂੰ ਮਿਕਸ ਕਰਕੇ ਇੱਕ ਬਈ ਸੰਤਰੀ ਰੰਗ ਜਿਹੜਾ ਆਪਾਂ ਪਹਿਲਾਂ ਬਣਾ ਕੇ ਛਟਿਆ ਉਹ ਰੰਗ ਮਿਕਸ ਕਰਨਾ ਪਊ ਤੇ ਇੱਕ ਇਹਦੇ ਵਿੱਚ ਗੁਲਾਬੀ ਰੰਗ ਆ ਆ ਸੀ ਗੁਲਾਬੀ ਰੰਗ ਅਮਨ ਦੇ ਹੱਥ 'ਚ ਤਾਂ ਬਈ ਦੋਨੇ ਰੰਗਾਂ ਨੂੰ ਮਿਕਸ ਕਰਕੇ ਰੈੱਡ ਕਲਰ ਬਣੂਗਾ ਤਾਂ ਟਰਾਈ ਕਰਦੇ ਆਂ ਦੇਖਦੇ ਆਂ ਕਿਵੇਂ ਬਣਦਾਗਾ ਬਾਕੀ ਰੈੱਡ ਬਣਦਾ ਜਾਂ ਕੋਈ ਹੋਰ ਬਣਦਾ ਆਜੋ ਫਿਰ ਦੇਖੀਏ ਇਹ ਸੰਤਰੀ ਪਾਵਾਂਗੇ ਆਪਾਂ ਬਈ ਇਹਦੇ ਚ ਅੱਧਾ ਚਮਚਾ ਆਹ ਗੁਲਾਬੀ ਰੰਗ ਆ ਸੱਚ ਗੁਲਾਬੀ ਰੰਗ ਦਾ ਅੱਧਾ ਚਮਚਾ ਬਈ ਲਓ ਜੀ ਚੱਕੋ ਬਈ ਗੁਲਾਬੀ ਰੰਗ ਦਾ ਅੱਧਾ ਚਮਚਾ ਪੈ ਗਿਆ ਹੁਣ ਇਹਦੇ ਚ ਸੰਤਰੀ ਰੰਗ ਜਿੰਨਾ ਇਹੇ ਪਾਇਆ ਉਨਾ ਹੀ ਸੰਤਰੀ ਪਾਵਾਂਗੇ ਯਾਨੀ ਕਿ ਅੱਧਾ ਚਮਚਾ ਸੰਤਰੀ ਰੰਗ ਦਾ ਚੱਕੋ ਬਈ ਆ ਪੈ ਗਿਆ ਸੰਤਰੀ ਇਨਾ ਹੀ ਆਪਾਂ ਗੁਲਾਬੀ ਪਾਇਆ ਸੀ ਉਹਨੇ ਹੀ ਸੰਤਰੀ ਪਾਤਾ ਹੁਣ ਇਹਦੇ ਵਿੱਚ ਪਾਵਾਂਗੇ ਬਾਈ ਥਿਨਰ ਆਹ ਥਿਨਰ ਪਿਆ ਆਪਣੇ ਕੋਲੇ ਦੇਖਦੇ ਆ ਫਿਰ ਬਾਕੀ ਰੈੱਡ ਬਣਦਾ ਕਿ ਕੀ ਬਣਦਾਗਾ ਪਹਿਲੀ ਵਾਰ ਬਣਾਉਣ ਲੱਗਿਆ ਬਾਈ ਮਿਕਸ ਰੰਗ ਆਜੋ ਫਿਰ ਦੇਖੀਏ ਮਿਕਸ ਹੋਈ ਜਾਂਦਾ ਬਾਈ ਰੰਗ ਫਿਰ ਆਪਾਂ ਫੰਗ ਤੇ ਲਾ ਕੇ ਚੈੱਕ ਕਰਾਂਗੇ ਵੀ ਕਿਵੇਂ ਬਣਿਆ ਲਾਲ ਰੰਗ ਲਾਲ ਰੰਗ ਦਾ ਪਹਿਲੀ ਵਾਰ ਬਣਾਇਆ ਯਾਰ ਮਿਕਸ ਕਰਕੇ ਸਿੱਧੇ ਰੰਗ ਤਾਂ ਪਹਿਲਾਂ ਵੀ ਬਣਾਏ ਨੇ ਆ ਜਿਹੜੇ ਮਿਕਸ ਕਰਕੇ ਰੰਗ ਬਣਦੇ ਹੁੰਦੇ ਨੇ ਇਹ ਪਹਿਲਾ ਪਹਿਲੀ ਵਾਰੀ ਆ ਆਪਣਾ ਥੰਗ ਮਿੱਤਰੋ ਆਪਾਂ ਲਿਆਏ ਆਜੋ ਫਿਰ ਬਈ ਦੇਖੀਏ ਰਿਜ਼ਲਟ ਰੈੱਡ ਕਲਰ ਦਾ ਦੇਖੋ ਬਈ ਹੁਣ ਇਹਨੂੰ ਸੁਕਾਉਨੇ ਆ ਫਿਰ ਦੇਖਦੇ ਆ ਬਈ ਕਿਵੇਂ ਚੜਿਆ ਰੰਗ ਕਿਵੇਂ ਨਾ ਇਹਨੂੰ ਵੀ ਆਪਾਂ ਇੱਥੇ ਹੀ ਰੱਖ ਦਿੰਨੇ ਆ ਸੁੱਕਣ ਤੋਂ ਬਾਅਦ ਬਈ ਪਤਾ ਲੱਗਦਾ ਹੁੰਦਾ ਫਲੀ ਵੀ ਕਿਵੇਂ ਚੜਿਆ 4-5 ਮਿੰਟ ਟੱਪ ਗਏ ਆ ਜਿਓ ਫਿਰ ਦੇਖੀਏ ਬਾਈ ਕਿਵੇਂ ਬਣਿਆ ਬਾਈ ਇਹ ਇੱਥੋਂ ਦੇਖੋ ਬਾਈ ਐਨ ਬਲੱਡ ਰੈੱਡ ਬਣ ਗਿਆ ਬਈ ਇਹ ਆ ਰੰਗ ਮਿੱਤਰੋ ਬਣ ਗਿਆ ਬਾਈ ਬਲੱਡ ਰੈੱਡ ਤਾਂ ਬਾਈ ਜਮਾ ਖੂਨ ਰੰਗਾ ਰੰਗ ਬਣਿਆਗਾ ਤਾਂ ਇਹ ਵੀ ਬਹੁਤ ਦੂਰੋਂ ਚਮਕਿਆ ਕਰੂਗਾ ਬਹੁਤ ਸੋਹਣਾ ਰੰਗ ਬਣ ਗਿਆ ਬਾਈ ਇਹ ਵੀ ਫਿਲਹਾਲ ਬਾਈ ਅੱਜ ਆਪਾਂ ਦੋ ਰੰਗ ਬਣਾਏ ਨੇ ਲਾਲ ਤੇ ਸੰਤਰੀ ਤੇ ਬਾਈ ਥੱਲੇ ਕਮੈਂਟ ਬਾਕਸ ਚ ਜਰੂਰ ਦੱਸਿਓ ਕਿਵੇਂ ਲੱਗੇ ਤੁਹਾਨੂੰ ਸੰਤਰੀ ਰੰਗ ਤੇ ਨਾਲੇ ਲਾਲ ਬਈ ਬਾਕੀ ਆ ਸੀ ਮਿੱਤਰੋ ਆਪਣੀ ਅੱਜ ਦੀ ਵੀਡੀਓ ਵੀਡੀਓ ਵਧੀਆ ਲੱਗੀ ਹੋਵੇ ਲਾਈਕ ਕਰ ਲਿਓ ਚੈਨਲ ਸਬਸਕ੍ਰਾਈਬ ਕਰ ਲਿਓ ਮਿਲਦੇ ਆ ਨਵੀਂ ਵੀਡੀਓ ਚ ਨਵੇਂ ਟੌਪਿਕ ਤੇ ਰੱਬ ਰਾਖਾ ਜਟੋ